ਜਾਦੇ ਟੈਨਸ਼ਨ ਲੈ ਜੂਗੀ ਜੇ ਮੈਂ ਦੱਸਦਾ ਉਹਦਾ ਮੇਰੇ ਤਾਂ ਉਹ ਐਂ ਗੱਲ ਦੱਸਦਾ ਨਹੀਂ ਸੰਦਾ ਮੇਰੇ ਕੋਲ ਤਾਂ ਜੀ ਉਹਦੇ ਨਾਲ ਗੱਲ ਕਰਾਂਦਾ ਕਹਿੰਦਾ ਵੀ ਬੈਂਤ ਨੂੰ 73 ਕੱਲ੍ਹ ਦੋਸਤੋ ਮੈਂ ਕੁਲਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ ਲਪ੍ਰੀਤ ਸਿੰਘ ਲਾਡੀ ਤਨੌਲਾ ਤੇ ਬਿਆਨਤਕੌਰ ਜਿਸ ਦਾ ਕਿ ਮਸਲਾ ਇਸ ਸਮੇਂ ਸੋਸ਼ਲ ਮੀਡੀਆ ਤੇ ਨਾਲ ਨਾਲ ਹਰ ਇੱਕ ਪਿੰਡ ਹਰ ਇੱਕ ਸਾਥ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਜਿੱਥੇ ਲਪ੍ਰੀਤ ਸਿੰਘ ਲਾਡੀ ਤਨੌਲਾ ਦੇ ਸੁਸਾਇਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਲਗਾਤਾਰ ਇਨਸਾਫ ਦੇ ਲਈ ਸੰਘਰਸ਼ ਕਰ ਰਿਹਾ ਹੈ ਉੱਥੇ ਲਪ੍ਰੀਤ ਸਿੰਘ ਲਾਡੀ ਦਾ ਕੇਸ ਸਾਹਮਣੇ ਆਉਣ ਤੋਂ ਬਾਅਦ ਅਜਿਹੇ ਸੈਂਕੜੇ ਹੋਰ ਵੀ ਕੇ ਸਾਹਮਣੇ ਆਏ ਨੇ ਜਿਸ ਦੇ ਵਿੱਚ ਕੁਝ ਪਰਿਵਾਰਾਂ ਵੱਲੋਂ ਦੋਸ਼ ਹੈ ਕਿ ਉਹਨਾਂ ਦੀਆਂ ਨੂੰਹਾਂ ਵੱਲੋਂ ਕੈਨੇਡਾ ਜਾ ਕੇ ਉਹਨਾਂ ਤੋਂ ਰਿਸ਼ਤਾ ਤੋੜ ਲਿਆ ਗਿਆ ਜਦ ਕਿ ਉਹਨਾਂ ਦਾ ਕੈਨੇਡਾ ਜਾਣ ਦਾ ਸਾਰਾ ਖਰਚਾ ਉਸ ਪਰਿਵਾਰ ਵੱਲੋਂ ਕੀਤਾ ਗਿਆ ਸੀ ਦੋਸਤੋ ਪਿਛਲੇ ਦਿਨੀ ਲਾਪ੍ਰੀਤ ਸਿੰਘ ਲਾਡੀ ਧਨੋਲਾ ਦੇ ਪਰਿਵਾਰ ਵੱਲੋਂ ਜਲੰਧਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਕਿ ਇੱਕ ਪ੍ਰੈਸ ਨੋਟ ਪ੍ਰੈਸ ਰੈਲੀ ਰਿਲੀਜ਼ ਕੀਤਾ ਗਿਆ ਜਿਸ ਦੇ ਵਿੱਚ ਕੁਝ ਵੱਡੇ ਖੁਲਾਸੇ ਵੀ ਨੇ ਤੇ ਦੋਸਤੋ ਦੱਸ ਦਈਏ ਕਿ ਸਾਰਾ ਪ੍ਰੈਸ ਨੋਟ ਅਤੇ ਇਸ ਦਾ ਇੱਕ ਇੱਕ ਅੱਖਰ ਅਹਿਮ ਹੈ ਜੋ ਕਿ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਇਸ ਪ੍ਰੈਸ ਨੋਟ ਦੇ ਵਿੱਚ ਅਹਿਮ ਖੁਲਾਸੇ ਤੇ ਪਰਿਵਾਰ ਵੱਲੋਂ ਅੱਗੇ ਦੀ ਕੀ ਰਣਨੀਤੀ ਹੈ ਇਸ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਤੇ ਇਨਸਾਫ ਲੈਣ ਦੇ ਲਈ ਉਹ ਸਾਰਾ ਕੁਝ ਅੱਜ ਦੀ ਇਸ ਵੀਡੀਓ ਦੇ ਵਿੱਚ ਕਲੀਅਰ ਹੋ ਜਾਵੇਗਾ ਸੋ ਸਾਰੇ ਦੋਸਤ ਵੀਡੀਓ ਦੇ ਨਾਲ ਅਖੀਰ ਤੱਕ ਬਣੇ ਰਹਿਣਾ ਤੇ ਹੋਰ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੁਸੀਂ ਵੀਡੀਓ ਦੇ ਥੱਲੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਬਟਨ ਦਿਖ ਰਿਹਾ ਹੈ ਉਸ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਨੋਟੀਫਿਕੇਸ਼ਨ ਬੈਲ ਤੇ ਕਲਿੱਕ ਕਰਕੇ 올 ਤੇ ਸਿਲੈਕਟ ਕਰ ਸਕਦੇ ਹੋ ਤਾਂ ਕਿ ਹਰ ਇੱਕ ਤਾਜ਼ਾ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਸੋ ਸਾਰੇ ਇਨਸਾਫ ਪਸੰਦ ਜਿਨ੍ਹਾਂ ਨੂੰ ਲੱਗਦਾ ਹੈ ਕਿ ਲਾਪਰੇਤ ਸਿੰਘ ਲਾਡੀ ਨੂੰ ਇਨਸਾਫ ਮਿਲਣਾ ਚਾਹੀਦਾ ਇਸ ਮਸਲੇ ਦਾ ਪੂਰਾ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਵੀਡੀਓ ਦੇ ਨਾਲ ਖੇਤ ਤੱਕ ਬਣੇ ਰਹਿਣਾ ਤੇ ਵੀਡੀਓ ਨੂੰ ਅੱਗੇ ਜਿਆਦਾ ਜਿਆਦਾ ਸ਼ੇਅਰ ਕਰਨਾ ਨਾ ਭੁੱਲਣਾ ਦੋਸਤੋ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰ ਵੱਲੋਂ ਜੋ ਪ੍ਰੈਸ ਨੋਟ ਦਿੱਤਾ ਗਿਆ ਉਸ ਦੇ ਵਿੱਚ ਉਹਨਾਂ ਨੇ ਜੋ ਹੈਡਲਾਈਨ ਦਿੱਤੀ ਹੈ ਉਸ ਦੇ ਵਿੱਚ ਲਿਖਿਆ ਗਿਆ ਲਵਪ੍ਰੀਤ ਦਾ ਪਰਿਵਾਰ ਆਪਣੇ ਪੁੱਤ ਦੇ ਇਨਸਾਫ ਦੇ ਲਈ ਮੋਤੀ ਮਹਿਲ ਦੇ ਬਾਹਰ ਲਾਵੇਗਾ ਧਰਨਾ ਦੋਸਤੋ ਇਹ ਵੀ ਉਹਨਾਂ ਦੇ ਪਰਿਵਾਰ ਨੇ ਖੁਲਾਸਾ ਕੀਤਾ ਸੀ ਕਿ ਹੁਣ ਜਦੋਂ ਉਹਨਾਂ ਨੂੰ ਇਨਸਾਫ ਦੀ ਕੋਈ ਕਿਰਨ ਦਿਖਾਈ ਨਹੀਂ ਦੇ ਰਹੀ ਤਾਂ ਉਹਨਾਂ ਕੋਲ ਇੱਕੋ ਹੀ ਰਸਤਾ ਰਹਿ ਗਿਆ ਕਿ ਉਹ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਰਹਿਸ ਮੋਤੀ ਮਹਿਲ ਦੇ ਬਾਹਰ ਪੱਕੇ ਤੌਰ ਤੇ ਇੱਕ ਧਰਨਾ ਲਗਾ ਦੇਣਗੇ ਜਿਸ ਤੋਂ ਬਾਅਦ ਉਹ ਧਰਨਾ ਉਦੋਂ ਤੱਕ ਨਹੀਂ ਉਠھےਗਾ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ ਤੇ ਬਿਆਨਤਕਾਰ ਅਤੇ ਉਸ ਸਾਰੇ ਜੋ ਮਸਲੇ ਉਸ ਦੇ ਵਿੱਚ ਜੋ ਜੋ ਵੀ ਬਿਆਨਤਕਾਰ ਦੇ ਨਾਲ ਸ਼ਾਮਲ ਹੈ ਉਸ ਤੇ ਕਾਰਵਾਈ ਨਹੀਂ ਹੋ ਜਾਂਦੀ ਉਦੋਂ ਤੱਕ ਇਹ ਧਰਨਾ ਚੱਲਦਾ ਰਹੇਗਾ ਤੇ ਦੋਸਤੋ ਦੱਸਦਿਆਂ ਕਿ ਇਸ ਤੋਂ ਇਲਾਵਾ ਲਾਪ੍ਰੀਤ ਸਿੰਘ ਲਾਡੀ ਦੇ ਪਰਿਵਾਰ ਵੱਲੋਂ ਇਸ ਪ੍ਰੈਸ ਨੋਟ ਦੇ ਵਿੱਚ ਹੋਰ ਕੀ ਖੁਲਾਸੇ ਕੀਤੇ ਗਏ ਨੇ ਦੋਸਤੋ ਜਿਵੇਂ ਕਿ ਪਹਿਲਾਂ ਵੀ ਦੱਸਿਆ ਕਿ ਇਸ ਪ੍ਰੈਸ ਨੋਟ ਦਾ ਇੱਕ ਇੱਕ ਅੱਖਰ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰ ਵੱਲੋਂ ਲਿਖਿਆ ਗਿਆ ਤੇ ਹਰ ਇੱਕ ਅੱਖਰ ਅਹਿਮ ਹੈ ਇਸ ਲਈ ਤੁਸੀਂ ਵੀਡੀਓ ਦੇ ਨਾਲ ਖੀਰ ਤੱਕ ਬਨੇ ਰਹਿਣਾ ਦੁਨੀਆ ਭਰ ਵਿੱਚ ਲਵਪ੍ਰੀਤ ਸਿੱਧੂ ਲਾਡੀ ਧਨੋਲਾ ਦੀ ਮੌਤ ਦਾ ਦੁਖਦਾਈ ਕਾਰਡ ਇੱਕ ਗੰਭੀਰ ਵਿਸ਼ਾ ਬਣਿਆ ਹੋਇਆ ਹੈ ਪਿਛਲੇ 24 ਜੂਨ ਨੂੰ ਲਵਪ੍ਰੀਤ ਸਿੰਘ ਲਾਡੀ ਭੇਦਪਰੇ ਹਾਲਾਤਾਂ ਵਿੱਚ ਆਪਣੇ ਖੇਤਾਂ ਵਿੱਚ ਮਿੱਤਕ ਪਾਇਆ ਗਿਆ ਸੀ ਅੱਜ ਸਥਾਨਕ ਪ੍ਰੈਸ ਕਲੱਬ ਵਿੱਚ ਲਵਪ੍ਰੀਤ ਦੇ ਪਿਤਾ ਸਰਦਾਰ ਬਲਵਿੰਦਰ ਸਿੰਘ ਮਾਤਾ ਰੁਪਿੰਦਰ ਕੌਰ ਚਾਚਾ ਰਵਿੰਦਰ ਸਿੰਘ ਹਿੰਦੀ ਧਨੋਲਾ ਨੇ ਪੰਜਾਬ ਯੂਥ ਕਲੱਬ ਆਰਗੇਨਾਈਜੇਸ਼ਨ ਨਾਲ ਮਿਲ ਕੇ ਪੱਤਰਕਾਰ ਸੰਮੇਲਨ ਵਿੱਚ ਆਪਣੇ ਨਾਲ ਨੂ ਬਿਆਨਤ ਕੌਰ ਵੱਲੋਂ ਅਤੇ ਉਸਦੇ ਪਰਿਵਾਰ ਵੱਲੋਂ ਕੀਤੀ ਗਈ ਠੱਗੀ ਅਤੇ ਇੱਕ ਲੋਤੇ ਪੁੱਤ ਲਾਪ੍ਰੀਤ ਸਿੰਘ ਦੀ ਮੌਤ ਬਾਰੇ ਅਹਿਮ ਖੁਲਾਸੇ ਕੀਤੇ ਨੇ ਲਾਪ੍ਰੀਤ ਦੇ ਪਰਿਵਾਰ ਨੇ ਦੱਸਿਆ ਕਿ ਜਦੋਂ ਲਾਡੀ ਦੀ ਮੌਤ ਤੋਂ ਕੁਝ ਦਿਨ ਬਾਅਦ ਅਸੀਂ ਉਸਦੇ ਦੋਵੇਂ ਮੋਬਾਈਲ ਖੋਲੇ ਤਾਂ ਬਹੁਤ ਸਾਰੇ ਸਨਸਨੀਖੇਜ਼ ਖੁਲਾਸੇ ਸਾਹਮਣੇ ਆਏ ਕਿਉਂਕਿ ਜਿਸ ਵਿੱਚ ਸਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਸਾਨੂੰ ਪਤਾ ਲੱਗਿਆ ਕਿ ਸਾਡਾ ਪੁੱਤ ਲਾਪ੍ਰੀਤ ਸਿੰਘ ਲਾਢੀ ਪਿਛਲੇ ਲੰਮੇ ਸਮੇਂ ਤੋਂ ਪਤਨੀ ਬਿਆਨਤ ਕੌਰ ਅਤੇ ਉਸ ਦੇ ਪੇਕਿਆਂ ਦੀ ਬੇਰੁਖੀ ਅਤੇ ਮਾਨਸਿਕ ਤਸੱਦਦ ਦਾ ਸਾਹਮਣਾ ਕਰ ਰਿਹਾ ਸੀ ਤੇ ਦੋਸਤੋ ਮਿਤੀ 7 8 2019 ਨੂੰ ਅਸੀਂ ਆਪਣੇ ਪੁੱਤ ਲਾਪ੍ਰੀਤ ਦਾ ਵਿਆਹ ਬਿਆਨਤ ਕੌਰ ਨਾਲ ਕੀਤਾ ਸੀ ਵਿਆਹ ਤੋਂ 10 ਦਿਨਾਂ ਬਾਅਦ ਹੀ ਬਿਆਨਤ ਕੌਰ ਕੈਨੇਡਾ ਚਲੀ ਗਈ ਇਥੋਂ ਤੱਕ ਕਿ ਲਾਡੀ ਦੀ ਮੌਤ ਤੋਂ ਕਰੀਬ 1 ਸਾਲ ਪਹਿਲਾਂ ਤੋਂ ਹੀ ਬਿਆਨਤਕੌਰ ਨੇ ਲਾਡੀ ਦੀ ਮਾਤਾ ਨੂੰ ਫੋਨ ਕਰਨਾ ਬੰਦ ਕਰ ਦਿੱਤਾ ਸੀ ਦੋਸਤੋ ਜਿਵੇਂ ਕਿ ਆਪਾਂ ਤੁਹਾਡੇ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਲਾਈਵ ਕੀਤਾ ਸੀ ਤੇ ਉਸ ਤੋਂ ਇਲਾਵਾ ਹੋਰ ਵੀ ਜੋ ਬਾਅਦ ਦੇ ਵਿੱਚ ਅਪਡੇਟ ਸਾਂਝੇ ਕੀਤੇ ਨੇ ਉਸ ਦੇ ਵਿੱਚ ਲਾਡੀ ਦੇ ਮਾਤਾ ਜੀ ਨੇ ਵੀ ਸਾਫ਼ ਤੌਰ ਤੇ ਦੱਸਿਆ ਕਿ ਕਿਸ ਤਰ੍ਹਾਂ ਬਿਆਨਤਕੌਰ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਇੱਕ ਤਰੀਕੇ ਦੇ ਨਾਲ ਬੰਦ ਕਰ ਦਿੱਤੀ ਗਈ ਸੀ ਸਾਡੇ ਪਰਿਵਾਰ ਵੱਲੋਂ ਬਿਆਨਤਕੌਰ ਦੀ ਪੜ੍ਹਾਈ ਟੈਕਟਾ ਆਦਿਤੇ ਤਕਰੀਬਨ 25 ਲੱਖ ਰੁਪਏ ਖਰਚ ਕੀਤੇ ਗਏ ਅੱਜ ਅਸੀਂ ਆਪਣੀ ਨੂ ਦੀ ਧੋਖੇਬਾਜ਼ੀ ਠੱਗੀ ਅਤੇ ਹੋਰ ਧੋਖੇ ਦੇ ਕਾਰਨ ਕਰਜ਼ੇ ਹਿੱਟ ਆ ਗਏ ਹਾਂ ਇਕਲੌਤਾ ਪੁੱਤ ਵੀ ਬਹੁਤ ਦੁੱਖ ਅਤੇ ਪੀੜਾ ਵਿੱਚੋਂ ਗੁਜ਼ਰਦਾ ਹੋਇਆ ਸਾਨੂੰ ਵਿਛੋੜਾ ਦੇ ਗਿਆ ਤਿੰਨ ਸਾਲ ਤੋਂ ਸਾਡਾ ਪੁੱਤ ਇਸ ਆਸ ਤੇ ਸਬਰ ਕਰੀ ਬੈਠਾ ਸੀ ਕਿ ਬਿਆਨਤਕੌਰ ਵਿਆਹ ਦੇ ਇਸ ਸੱਚੇ ਸੁੱਚੇ ਰਿਸ਼ਤੇ ਨੂੰ ਇੱਕ ਖਾਨਦਾਨੀ ਧੀ ਵੱਜੋਂ ਨਿਭਾਏਗੀ ਪਰ ਸਾਨੂੰ ਕੀ ਪਤਾ ਸੀ ਜਿਸ ਨੂੰ ਅਸੀਂ ਆਪਣੇ ਨੂ ਬਣਾ ਕੇ ਲਿਆਏ ਹਾਂ ਉਹ ਸਾਡੇ ਪੁੱਤ ਦੀ ਮੌਤ ਦਾ ਕਾਰਨ ਬਣੇਗੀ ਜਦੋਂ ਤੱਕ ਬਿਆੰਤਕੌਰ ਦੀਆਂ ਫੀਸਾਂ ਰਹਿੰਦੀਆਂ ਸਨ ਉਦੋਂ ਤੱਕ ਬਿਆੰਤਕੌਰ ਦਾ ਬਤੀਰਾ ਠੀਕ ਰਿਹਾ ਪਰ ਫੀਸਾਂ ਪੂਰੀਆਂ ਹੋਣ ਦੇ ਬਾਅਦ ਉਸ ਨੇ ਸਾਡੇ ਪੁੱਤ ਨੂੰ ਬੁਰੀ ਤਰ੍ਹਾਂ ਅਣਗੌਲਿਆ ਕੀਤਾ ਦੋਸਤੋ ਇਸ ਗੱਲ ਦੀ ਹਾਮੀ ਉਹ ਚੈਟ ਵੀ ਭਰਦੀ ਹੈ ਜੋ ਕਿ ਲਾਪਰੀ ਸਿੰਘ ਲਾਡੀ ਦੇ ਪਰਿਵਾਰ ਵੱਲੋਂ ਪ੍ਰੈਸ ਨਾਲ ਸਾਂਝੀ ਕੀਤੀ ਗਈ ਹੈ ਜੋ ਕਿ ਤੁਸੀਂ ਵੀ ਜ਼ਿਆਦਾਤਰ ਦੇਖ ਵੀ ਚੁੱਕੇ ਹੋ ਸੁਣ ਵੀ ਚੁੱਕੇ ਹੋ ਉਸ ਦੇ ਚੈਟ ਦੇ ਵਿੱਚ ਵੀ ਅਹਿਮ ਖੁਲਾਸੇ ਸਾਹਮਣੇ ਆਏ ਨੇ ਕਿ ਕਿਸ ਤਰ੍ਹਾਂ ਲਾਪਰੀ ਸਿੰਘ ਲਾਡੀ ਨੂੰ ਅਣਗੌਲਿਆ ਕੀਤਾ ਜਾ ਰਿਹਾ ਸੀ ਉਸ ਦੀ ਪਤਨੀ ਬਿਆੰਤ ਕੌਰ ਵੱਲੋਂ ਲਾਪਰੀ ਤਾਂ ਆਪਣੀ ਪਤਨੀ ਨਾਲ ਗੱਲ ਕਰਨ ਨੂੰ ਵੀ ਤਰਸਦਾ ਇਸ ਦੁਨੀਆ ਤੋਂ ਚਲਿਆ ਗਿਆ ਪਰ ਪੱਥਰ ਦਿਲ ਬਿਆੰਤ ਨੇ ਸਾਡੇ ਪੁੱਤ ਅਤੇ ਆਪਣੇ ਪਤੀ ਦੀ ਮੌਤ ਦਾ ਕੋਈ ਦੁੱਖ ਨਹੀਂ ਕੀਤਾ ਜੇ ਅਸੀਂ ਪੁੱਤ ਦੇ ਫੋਨ ਖੋਲ ਕੇ ਨਾ ਦੇਖਦੇ ਤਾਂ ਹੋ ਸਕਦਾ ਸਾਡੇ ਪੁੱਤ ਦੀ ਦਰਦਨਾਕ ਮੌਤ ਐਦਾਂ ਹੀ ਦਬੀ ਰਹਿ ਜਾਂਦੀ ਪੁੱਭਾ ਮਾਰਦੇ ਹੋਏ ਲਾਪ੍ਰਿਤ ਦੇ ਮਾਤਾ ਪਿਤਾ ਨੇ ਕਿਹਾ ਕਿ ਸਾਡੇ ਪੁੱਤ ਦੀ ਮੌਤ ਤੋਂ ਬਾਅਦ ਵੀ ਅੱਜ ਤੱਕ ਮੇਰੀ ਨੂੰ ਬਿਆਨਤਕੌਰ ਮੇਰੇ ਨਾਲ ਕੋਈ ਦੁੱਖ ਸਾਂਝਾ ਨਹੀਂ ਕੀਤਾ ਤੇ ਨਾ ਹੀ ਲਾਪ੍ਰਿਤ ਦੇ ਵਿਚ ਵਿਚਾਲੇ ਹੁੰਦੇ ਵਿਵਾਦ ਬਾਰੇ ਕੋਈ ਸਪਸ਼ਟੀਕਰਨ ਦਿੱਤਾ ਉਹਨਾਂ ਅਪੀਲ ਕੀਤੀ ਕਿ ਲਾਪ੍ਰਿਤ ਨੂੰ ਇਨਸਾਫ ਦਿਵਾਉਣ ਲਈ ਇੱਕ ਸੰਘਰਸ਼ ਵਿੱਚ ਜਿਹੜਾ ਵੀ ਐਨ ਆਰ ਆਈ ਭੈਣ ਭਰਾਵਾ ਪਰਿਵਾਰ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਪਰਿਵਾਰ ਵੱਲੋਂ ਬਣਾਏ ਗਏ ਗੋ ਫੰਡ ਦੇ ਵਿੱਚ ਸਿੱਧੀ ਮਦਦ ਕਰ ਸਕਦਾ ਹੈ ਤੇ ਦੋਸਤੋ ਜਿਵੇਂ ਕਿ ਆਪਾਂ ਵੀ ਤੁਹਾਨੂੰ ਦੱਸਿਆ ਸੀ ਪਹਿਲੇ ਅਪਡੇਟ ਦੇ ਵਿੱਚ ਜਲੰਧਰ ਤੋਂ ਪੰਜਾਬ ਯੂਥ ਆਰਗੇਨਾਈਜੇਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਜੋਗੀ ਵੱਲੋਂ ਵੀ ਦੱਸਿਆ ਗਿਆ ਸੀ ਕਿ ਇੱਕ ਗੋ ਫੰਡ ਦਾ ਆਯੋਜਨ ਕੀਤਾ ਗਿਆ ਐਨ ਆਰ ਆਈ ਭਰਾਵਾਂ ਵੱਲੋਂ ਤਾਂ ਕਿ ਪਰਿਵਾਰ ਦੇ ਸਿਰ ਤੇ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੁੱਤ ਤਾਂ ਪਰਿਵਾਰ ਵੱਲੋਂ ਗਵਾਹ ਹੀ ਲਿਆ ਗਿਆ ਉੱਥੇ ਹੀ 25 ਲੱਖ ਰੁਪਏ ਤੋਂ ਜ਼ਿਆਦਾ ਦਾ ਵੱਡਾ ਕਰਜ਼ਾ ਵੀ ਇਸ ਪਰਿਵਾਰ ਦੇ ਸਿਰ ਤੇ ਹੈ ਤੇ ਜੋ ਦੋਸਤ ਵੀ ਮਦਦ ਕਰਨੀ ਚਾਹੁੰਦੇ ਨੇ ਸਿੱਧਾ ਪਰਿਵਾਰ ਦੀ ਮਦਦ ਕਰ ਸਕਦੇ ਨੇ ਹੋ ਸਕੇਗਾ ਅਸੀਂ ਵੀ ਇਸ ਗੋ ਫੰਡ ਦਾ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਉਨ੍ਹਾਂ ਕਿਹਾ ਕਿ ਦੇਸ਼ ਦੇ ਵਿੱਚ ਕੋਈ ਐਸਾ ਕਮਿਸ਼ਨ ਜਾਂ ਮੈਕਮਾ ਨਹੀਂ ਹੋਵੇਗਾ ਜਿੱਥੇ ਉਹਨਾਂ ਦੇ ਪੁੱਤ ਲਾਪਰੀਤ ਵਰਗੇ ਮਜਬੂਰ ਨੌਜਵਾਨ ਆਪਣੀ ਫਰਿਆਦ ਸੁਣਾ ਸਕਣ ਦੇਸ਼ ਵਿੱਚ ਔਰਤਾਂ ਵਾਸਤੇ ਬੱਚਿਆਂ ਵਾਸਤੇ ਵਾਤਾਵਰਣ ਵਾਸਤੇ ਇੱਥੋਂ ਤੱਕ ਕਿ ਜਾਨਵਰਾਂ ਤੇ ਹੋ ਰਹੇ ਜ਼ੁਲਮ ਨੂੰ ਰੋਕਣ ਵਾਸਤੇ ਸੰਵਿਧਾਨਕ ਕਮਿਸ਼ਨ ਬਣੇ ਹੋਏ ਨੇ ਪਰ ਆਪਣੀ ਪਤਨੀ ਅਤੇ ਉਸਦੇ ਪੇਕਿਆਂ ਦੀ ਠੱਗੀ ਬੇਈਮਾਨੀ ਮਾਨਸਿਕ ਤਸੱਦਦ ਤੇ ਪਰੇਸ਼ਾਨੀ ਆਦਮੀ ਨੂੰ ਇਨਸਾਫ ਦੇਣ ਲਈ ਕੋਈ ਸੰਵਿਧਾਨਕ ਪੁਰਸ਼ ਕਮਿਸ਼ਨ ਜਾਂ ਮੈਕਮਾ ਨਹੀਂ ਹੈ ਇਸ ਲਈ ਹਰ ਸਾਲ ਲੱਖਾਂ ਮਾਵਾਂ ਦੇ ਪੁੱਤ ਖੁਦਕੁਸ਼ੀਆਂ ਕਰਨ ਦੇ ਲਈ ਮਜਬੂਰ ਹੋ ਰਹੇ ਨੇ ਤੇ ਦੋਸਤੋ ਇੱਥੇ ਦੱਸਣਾ ਬਣਦਾ ਹੈ ਕਿ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮਾਨਯੋਗ ਮਨੀਸ਼ਾ ਗੁਲਾਟੀ ਜੀ ਨੇ ਵੀ ਆਪਣੀ ਇੱਕ ਦੋ ਲਾਈਵਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਮੈਨ ਕਮਿਸ਼ਨ ਵੀ ਹੋਣਾ ਚਾਹੀਦਾ ਹੈ ਲਾਪਰੀਤ ਦੇ ਹੁਣ ਤੱਕ ਮਿਲੇ ਸਬੂਤਾਂ ਤੋਂ ਸਾਨੂੰ ਯਕੀਨ ਹੋ ਗਿਆ ਹੈ ਕਿ ਬਿਆਨਤਕੌਰ ਸ਼ੁਰੂ ਤੋਂ ਹੀ ਸਾਡੇ ਪਰਿਵਾਰ ਨਾਲ ਜਾਲ ਸਾਜੀ ਕਰ ਰਹੀ ਸੀ ਉਸ ਨੇ ਸਿਰਫ ਕੈਨੇਡਾ ਜਾਣ ਅਤੇ ਸੈਟਲਡ ਹੋਣ ਵਾਸਤੇ ਸਾਡੇ ਪਰਿਵਾਰ ਅਤੇ ਸਾਡੇ ਪੁੱਤਰ ਦੇ ਆਰਮਾਨਾਂ ਜਜ਼ਬਾਤਾਂ ਦੇ ਨਾਲ ਖੇਡਿਆ ਤੇ 25 ਲੱਖ ਰੁਪਏ ਦੀ ਠੱਗੀ ਨਾਲ ਸਾਡੇ ਪਰਿਵਾਰ ਨਾਲ ਮਾਰੀ ਸਾਡਾ ਪੈਸਾ ਖੁਰਦਬੁਰ ਕੀਤਾ ਸਾਡੇ ਪੁੱਤ ਦੀ ਖੁਦਕੁਸ਼ੀ ਦਾ ਜ਼ਿੰਮੇਵਾਰ ਬਿਆਨਤ ਕੌਰ ਹੈ ਪਰ ਬਰਨਾਲਾ ਪੁਲਿਸ ਨੇ ਅਜੇ ਤੱਕ ਕੱਲੀ ਬਿਆਨਤ ਕੌਰ ਤੇ ਹੀ ਸਿਰਫ 420 ਦਾ ਕੇਸ ਦਰਜ ਕੀਤਾ ਹੈ ਉਹ ਵੀ ਲਾਡੀ ਦੀ ਮੌਤ ਤੋਂ 1 ਮਹੀਨੇ ਬਾਅਦ ਜਦ ਕੀ ਇਹ ਸਾਰੀ ਠੱਗੀ ਅਤੇ ਸਾਰੇ ਪੈਸੇ ਖੁਰਦ-ਬੁਰਦ ਕਰਨ ਦੀ ਸਾਜ਼ਿਸ਼ ਸਾਡੇ ਪੁੱਤ ਦੀ ਮੌਤ ਦੀ ਜ਼ਿੰਮੇਵਾਰ ਇਕੱਲੀ ਬਿਆਨਤਕੌਰ ਹੀ ਨਹੀਂ ਬਲਕਿ ਉਸ ਦੇ ਪਰਿਵਾਰ ਵਾਲੇ ਵੀ ਹਨ ਅੱਜ ਲਾਡੀ ਦੀ ਮੌਤ ਨੂੰ ਹੋਏ 46 ਦਿਨ ਹੋ ਗਏ ਨੇ ਤੇ ਅੱਜ ਸਾਨੂੰ ਹਜੇ ਤੱਕ ਬਿਆਨਤਕੌਰ ਅਤੇ ਉਸ ਦੇ ਪਰਿਵਾਰ ਤੇ ਕੋਈ ਕਾਨੂੰਨੀ ਕਾਰਵਾਈ ਹੁੰਦੀ ਜਾਂ ਫੌਜਦਾਰੀ ਧਰਾਵਾਂ ਲਗਾਈਆਂ ਨਹੀਂ ਗਈਆਂ ਹੁਣ ਸਾਡੀ ਜ਼ਿੰਦਗੀ ਵਿੱਚ ਬਾਕੀ ਕੁਝ ਨਹੀਂ ਬਚਿਆ ਜ਼ਿੰਦਗੀ ਦੇ ਸਾਰੇ ਸੁਪਨੇ ਬਿਆਨਤਕੋਰ ਦੇ ਕਤਲ ਕਰ ਦਿੱਤੇ ਨੇ ਜ਼ਿੰਦਗੀ ਦੇ ਸਾਰੇ ਸੁਪਨੇ ਬਿਆਨਤਕੋਰ ਨੇ ਕਤਲ ਕਰ ਦਿੱਤੇ ਨੇ ਸਾਡਾ ਪੁੱਤ ਤਾਂ ਮੁੜ ਕੇ ਨਹੀਂ ਆਉਣਾ ਪਰ ਹੁਣ ਸਾਡੀ ਜ਼ਿੰਦਗੀ ਦਾ ਮਕਸਦ ਆਪਣੇ ਪੁੱਤ ਦੀ ਮੌਤ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਹੈ ਜੇ ਬਰਨਾਲਾ ਪੁਲਿਸ ਨੇ ਸਾਨੂੰ ਇਨਸਾਫ ਨਾ ਦਿੱਤਾ ਤਾਂ ਅਸੀਂ ਦੋਵੇਂ ਲਾਪ੍ਰੀਤ ਦੀ ਦਾਦੀ ਲਾਪ੍ਰੀਤ ਦੀਆਂ ਭੈਣਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਅਤੇ ਨਵਜੋਤ ਸਿੰਘ ਸਿੱਧੂ ਦੀ ਰਹਿائش ਦੇ ਬਾਹਰ ਥਾਣਾ ਦੇਣ ਲਈ ਮਜਬੂਰ ਹੋਵਾਂਗੇ ਸਾਡੀ ਜ਼ਿੰਦਗੀ ਦੀ ਜੰਗ ਹੁਣ ਇਹੀ ਹੈ ਕਿ ਜਿਵੇਂ ਸਾਡਾ ਪੁੱਤ ਲਾਪਰਵਿੱਤ ਚਲਾ ਗਿਆ ਉਸ ਤਰ੍ਹਾਂ ਕਿਸੇ ਹੋਰ ਮਾਂ ਦਾ ਪੁੱਤ ਮਰਨ ਨੂੰ ਮਜਬੂਰ ਨਾ ਹੋਵੇ ਇਸ ਮੌਕੇ ਲਾਪਰਵਿੱਤ ਦੇ ਮਾਤਾ ਪਿਤਾ ਤੋਂ ਇਲਾਵਾ ਚਾਚਾ ਹਿੰਦੀ ਧਨੋਲਾ ਮਾਮੀ ਸਰਬਜੀਤ ਕੌਰ ਵੱਲੋਂ ਪੂਆ ਦਾ ਮੁੰਡਾ ਬਲਵੀਰ ਸਿੰਘ ਝਨੇੜੀ ਵੀ ਹਾਜ਼ਰ ਸੀ ਇਸ ਤੋਂ ਇਲਾਵਾ ਪੰਜਾਬ ਯੂਥ ਕਲੱਬ ਆਰਗੇਨਾਈਜੇਸ਼ਨ ਦੇ ਪ੍ਰਧਾਨ ਜਗਿੰਦਰ ਸਿੰਘ ਜੋਗੀ ਅਤੇ ਹੋਰ ਸੀਨੀਅਰ ਆਗੂ ਹਰਵਿੰਦਰ ਸਿੰਘ ਲਾੜੀ ਬਘੇਲ ਸਿੰਘ ਭਾਰਤੀ ਅਸ਼ਵਨੀ ਸ਼ਰਮਾ ਟੀਟੂ ਰਵਿੰਦਰ ਚੋਹਾਨ ਗੁਰਦੀਪ ਸਿੰਘ ਸੁਸ਼ੀਲ ਕੁਮਾਰ ਅਰੋੜਾ ਪਨੀਤ ਗੰਜੋਈਆ ਸਮੇਤ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਕਾਰਕੁਨ ਹਾਜ਼ਰ ਸਨ ਸੋ ਦੋਸਤੋ ਇਹ ਤੁਸੀਂ ਹੁਣੇ ਸੁਣਿਆ ਉਹ ਪ੍ਰੈਸ ਨੋਟ ਜੋ ਕਿ ਲਾਪਰੀ ਸਿੰਘ ਲਾਡੀ ਦੇ ਪਰਿਵਾਰ ਵੱਲੋਂ ਪ੍ਰੈਸ ਨੂੰ ਦਿੱਤਾ ਗਿਆ ਹੈ ਜੋ ਕਿ ਉਹਨਾਂ ਦੀ ਅਗਲੀ ਰਣਨੀਤੀ ਹੈ ਕਿ ਜੇਕਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਬਰਨਾਲਾ ਪੁਲਿਸ ਵੱਲੋਂ ਤਾਂ ਰਾਵਾਂ ਦੇ ਵਿੱਚ ਵਾਧਾ ਨਹੀਂ ਕੀਤਾ ਜਾਂਦਾ ਤਾਂ ਉਹ ਮਜਬੂਰ ਹੋਣਗੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਧਰਨਾ ਲਗਾਉਣ ਦੇ ਲਈ ਦੋਸਤੋ ਤੁਸੀਂ ਇਸ ਮਸਲੇ ਤੇ ਕੀ ਕਹਿਣਾ ਚਾਹੁੰਦੇ ਹੋ ਕੀ ਜੋ ਬਿਆਨਤਕਾਰ ਬਾਜਬਾ ਉਸ ਨੂੰ ਡਿਪੋਰਟ ਕਰਕੇ ਇਸ ਸਾਰੀ ਕਾਰਵਾਈ ਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਇਸ ਬਾਰੇ ਤੁਹਾਡੀ ਕੀ ਰਾਏ ਹੈ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਸਾਂਝੇ ਕਰਕੇ ਜਾਣਾ ਤੇ ਫਿਲਹਾਲ ਹੁਣ ਇੱਥੇ ਮੈਨੂੰ ਯਾਨੀ ਕਿ ਕੁਲਵਿੰਦਰ ਸਿੰਘ ਨੂੰ ਦਿਓ ਇਜਾਜ਼ਤ ਮਿਲਾਂਗੇ ਜਲਦ ਹੋਰ ਤਾਜ਼ਾ ਅਪਡੇਟ ਦੇ ਨਾਲ ਉਨੇ ਸਮੇਂ ਤੱਕ ਲਈ ਤੁਸੀਂ ਬਣੇ ਰਹੋ ਲਿਮਟਿਡ ਗਿਆਨ ਦੇ ਨਾਲ ਥੈਂਕ ਯੂ ਧੰਨਵਾਦ ਟੇਕ ਕੇਅਰ